ਸੱਚੀ ਗੱਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਇਟਾਲੀਨ ਖਬਰਾਂ ਪੰਜਾਬੀ ਦੇ ਵਿੱਚ ਸਵਾਗਤ ਹੈ ਜੀ ਤੁਸੀਂ ਸੁਣ ਰਹੇ ਹੋ ਕੁਲਵੀਰ ਸਿੰਘ ਦੇ ਨਾਲ ਇਟਾਲੀਨ ਖਬਰਾਂ ਪੰਜਾਬੀ ਦੇ ਵਿੱਚ ਅੱਜ ਦੀਆਂ ਖਬਰਾਂ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਤੁਹਾਡੇ ਲਈ ਸੀ ਗਿਣਤੀ ਲੈ ਕੇ ਆਏ ਹਾਂ ਜੀ ਇਟਲੀ ਦਾ ਹਾਲ ਕੀ ਹੈ ਜੀ 1,05,792 ਬੰਦਾ ਇਟਲੀ ਦੇ ਵਿੱਚ ਇਸ ਟਾਈਮ ਟੋਟਲ ਸ਼ਿਕਾਰ ਹੋਇਆ ਜੀ ਇਸ ਮਹਾਮਾਰੀ ਦੇ ਨਾਲ ਲਾਸਟਲੇ 24 ਘੰਟੇ ਦੇਖੀ ਤਾਂ 4053 ਬੰਦੇ ਐਕਸਟਰਾ ਜੁੜੇ ਨੇ ਇਹਦੇ ਨਾਲ 1109 ਬੰਦੇ ਪੀ ਕੋਨੇ ਲਾਸਟਲੇ 24 ਘੰਟਿਆਂ ਦੇ ਨਾਲ ਜਿਹਨਾਂ ਨਾਲ ਠੀਕ ਹੋਣ ਵਾਲਿਆਂ ਦੀ ਜਿਹੜੀ ਗਿਣਤੀ ਆ 15729 ਹੋ ਗਈ ਹੈ ਜੀ ਤੇ ਇੱਕ ਬਹੁਤ ਅਫਸੋਸ ਵਾਲੀ ਗੱਲ ਆ ਦੁੱਖ ਵਾਲੀ ਗੱਲ ਆ ਕਿ ਲਾਸਟਲੇ 24 ਘੰਟਿਆਂ ਦੇ ਵਿੱਚ ਫਿਰ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਆ 837 ਹੋ ਗਈ ਹੈ ਇਹਦੇ ਨਾਲ ਇਟਲੀ ਦੇ ਵਿੱਚ ਅੱਜ ਤੱਕ ਜਿਹੜੇ ਟੋਟਲ ਬੰਦੇ ਮਰੇ ਨੇ ਉਹਨਾਂ ਦੀ ਗਿਣਤੀ 12428 ਹੈ ਠੀਕ ਹੋਣ ਵਾਲਿਆਂ ਦੀ ਗਿਣਤੀ 15729 ਹੈ ਜੀ ਤੇ ਜਿਹੜੇ ਪੋਜ਼ਿਟਿਵ ਕੇਸ ਇਟਲੀ ਦੇ ਵਿੱਚ ਇਸ ਟਾਈਮ ਅੱਜ ਦੀ ਡੇਟ ਦੇ ਵਿੱਚ ਚੱਲ ਰਹੇ ਨੇ 70635 ਤੇ ਜੀ ਅਸੀਂ ਕੱਲ ਜਿੰਨੇ ਪੋਜ਼ਿਟਿਵ ਸੀਗੇ ਤੇ ਅੱਜ ਜਿੰਨੇ ਪੋਜ਼ਿਟਿਵ ਆ ਉਹਨਾਂ ਦੇ ਸਹਾਰਾ ਦੇਖੀ ਤਾਂ ਜਿਹੜੀ ਗਿਣਤੀ ਆ 2107 ਵਧੀਆ 2107 ਬੰਦੇ ਐਕਸਟਰਾ ਪੋਜ਼ਿਟਿਵ ਹੋਏ ਨੇ ਲਾਸਟਲੇ 24 ਘੰਟਿਆਂ ਦੇ ਵਿੱਚ ਤੇ ਜੀ ਅਸੀਂ ਟੋਟਲ ਗਿਣਤੀ ਦੇਖਦੇ ਆ ਜਿਹੜੀ 105792 ਆ ਉਹਦੇ ਸਹਾਰਾ ਨਾ 4053 ਬੰਦੇ ਵਧੇ ਨੇ ਜੀ ਹੁਣ ਥੋੜੀ ਜੀ ਹੋਰ ਡਿਟੇਲ ਦੇਖਦੇ ਆ ਜੀ ਲਾਸਟਲੇ 24 ਘੰਟਿਆਂ ਦੇ ਵਿੱਚ 1109 ਬੰਦੇ ਠੀਕ ਹੋਏ ਨੇ ਤੇ ਇਹਦੇ ਵਿੱਚ ਜੇ ਦੇਖੀ ਤਾਂ 15729 ਟੋਟਲ ਗਿਣਤੀ ਹੈ ਜੀ ਤੇ ਲਾਸਟਲੇ 24 ਘੰਟਿਆਂ ਦੇ ਵਿੱਚ 1628 ਬੰਦੇ ਘਰਾਂ ਦੇ ਵਿੱਚ ਨਜ਼ਰਬੰਦ ਹੋਰ ਹੋਏ ਨੇ ਜਿਨ੍ਹਾਂ ਦੇ ਨਾਲ ਘਰ ਦੇ ਵਿੱਚ ਘਰਾਂ ਦੇ ਵਿੱਚ ਇਟਲੀ ਚ ਟੋਟਲ ਜਿਹੜੇ ਬੰਦੇ ਨਜ਼ਰਬੰਦ ਨੇ ਹਾਊਸ ਇਜ਼ੋਲੇਟਡ ਨੇ ਉਹਨਾਂ ਦੀ ਗਿਣਤੀ 45420 ਹੋ ਚੁੱਕੀ ਹੈ ਜੀ ਹਸਪਤਾਲਾਂ ਦੇ ਵਿੱਚ ਦੇਖੀ ਤੇ ਹਸਪਤਾਲ ਹਸਪਤਾਲਾਂ ਦੇ ਵਿੱਚ 397 ਬੰਦੇ ਐਕਸਟਰਾ ਦਾਖਲ ਹੋਏ ਨੇ ਜੀ ਐਡਮਿਟ ਹੋਏ ਨੇ ਜੀ ਲਾਸਟਲੇ 24 ਘੰਟਿਆਂ ਦੇ ਵਿੱਚ ਤੇ ਜਿਨ੍ਹਾਂ ਦੇ ਨਾਲ 28192 ਗਿਣਤੀ ਹਸਪਤਾਲਾਂ ਵਾਲਿਆਂ ਦੀ ਹੋ ਗਈ ਹੈ ਜੀ ਜਿਹੜੇ ਹਸਪਤਾਲ ਹਸਪਤਾਲਾਂ ਦੇ ਵਿੱਚ ਦਾਖਲ ਨੇ ਇਸ ਟਾਈਮ ਇਸ ਰੋਗ ਦੇ ਨਾਲ 42 ਬੰਦੇ ਲਾਸਟਲੀ 24 ਘੰਟਿਆਂ ਦੇ ਵਿੱਚ ਵਧੇ ਨੇ ਸੀਰੀਅਸ ਕੰਡੀਸ਼ਨਾਂ ਦੇ ਨਾਲ 4023 ਬੰਦਾ ਇਟਲੀ ਦੇ ਵਿੱਚ ਸੀਰੀਅਸ ਕੰਡੀਸ਼ਨ ਦੇ ਨਾਲ ਤੇ ਲਾਸਟਲੀ 24 ਘੰਟਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ 837 ਬੰਦਿਆਂ ਦੀ ਮੌਤ ਹੋ ਚੁੱਕੀ ਹੈ ਜੋ ਕਿ 12428 ਹੋ ਜਾਂਦੀ ਹੈ ਤੇ ਇਹ ਦਿਮੋਜੀ ਆંકੜਿਆਂ ਦੇ ਨਾਲ ਦੇਖਦੇ ਹਾਂ ਤਾਂ 14.9% ਠੀਕ ਹੋਏ ਨੇ 42.9% ਜਿਹੜੇ ਆ ਘਰਾਂ ਦੇ ਵਿੱਚ ਨਜ਼ਰਬੰਦ ਜਿਹੜੇ ਨੇ ਉਹ ਵਧੇ ਨੇ 26.6% ਜਿਹੜੇ ਵਧਿਆ ਜੀ ਉਹ ਹਸਪਤਾਲਾਂ ਦੇ ਵਿੱਚ ਵਧ ਗਏ ਨੇ 39.8% ਬੰਦੇ ਵਧੇ ਨੇ ਸੀਰੀਅਸ ਕੰਡੀਸ਼ਨਾਂ ਦੇ ਨਾਲ ਤੇ 11.7% ਬੰਦੇ ਜਿਹੜੇ ਉਹਨਾਂ ਦੀ ਮੌਤ ਹੋਈ ਹੈ ਜੀ ਲਾਸਟ 24 ਘੰਟਿਆਂ ਦੇ ਵਿੱਚ 29609 ਬੰਦਿਆਂ ਦੇ ਟੈਸਟ ਕੀਤੇ ਗਏ ਨੇ ਲਾਸਟਲੇ 24 ਘੰਟਿਆਂ ਦੇ ਵਿੱਚ ਇਹਦੇ ਨਾਲ 5,698 ਟੈਸਟ ਅੱਜ ਤੱਕ ਇਟਲੀ ਦੇ ਵਿੱਚ ਕਰ ਲਏ ਗਏ ਨੇ ਤੇ ਇਹ ਜਿਹੜੇ ਲਾਸਟਲੇ 24 ਘੰਟੇ ਦੇ ਵਿੱਚ 29,609 ਟੈਸਟ ਕੀਤੇ ਇਹਨਾਂ ਦੇ ਵਿੱਚੋਂ 4053 ਬੰਦੇ ਨਵੇਂ ਸਾਹਮਣੇ ਆਏ ਨੇ ਤੇ ਇਟਲੀ ਦੇ ਵਿੱਚ ਹੁਣ ਇੱਕ ਰਿਜੋਨੀ ਦੀ ਸਾਹਮਣੇ ਦੇਖ ਲਈਏ ਤੁਹਾਨੂੰ ਥੋੜੀ ਜੀ ਹੋਰ ਡਿਟੇਲ ਜਿੰਨੀ ਕੋਸ਼ਿਸ਼ ਕਰਦੇ ਆਂ ਜੀ ਵਾਹਿਗੁਰੂ ਲੂੰਬਰਦੀਆ ਦੇ ਵਿੱਚ ਟੋਟਲ ਜਿਹੜੇ ਕੇਸ ਆ ਜੀ ਅੱਜ ਤੱਕ ਆਏ ਨੇ 43208 ਲਾਸਟਲੀ 24 ਘੰਟਿਆਂ ਦੇ ਵਿੱਚ 1047 ਕੇਸ ਜ਼ਿਆਦਾ ਆਇਆ ਜੀ ਲੂੰਬਰਦੀਏ ਦੇ ਵਿੱਚ ਟੋਟਲ 10885 ਬੰਦਾ ਠੀਕ ਹੋ ਚੁੱਕਾ ਹੈ 7199 ਬੰਦੀ ਦੀ ਮੌਤ ਹੋ ਚੁੱਕੀ ਹੈ ਜੀ ਇਮੀਲੀਆ ਰូមਾਨੀਆ ਦੇਖੀ ਤਾਂ 14074 ਟੋਟਲ ਕੇਸ ਹੈ ਜੀ 543 ਕੇਸ ਲਾਸਟਲੀ 24 ਘੰਟਿਆਂ ਦੇ ਵਿੱਚ ਆਏ ਨੇ 1477 ਬੰਦਾ ਟੋਟਲ ਠੀਕ ਹੋ ਚੁੱਕਾ ਹੈ ਜੀ 1644 ਬੰਦਿਆਂ ਦੀ ਮੌਤ ਹੋ ਚੁੱਕੀ ਹੈ ਇਮੀਲੀਆ ਰូមਾਨੀਆ ਦੇ ਵਿੱਚ ਜਾਣੀ ਮਰਨ ਵਾਲਿਆਂ ਦੀ ਗਿਣਤੀ ਠੀਕ ਹੋਣ ਵਾਲਿਆਂ ਦੀ ਗਿਣਤੀ ਨਾਲੋਂ ਜ਼ਿਆਦਾ ਜੀ ਪਿਉਮੋਂਤੇ ਦੇਖਿਓ ਜੀ 9301 ਟੋਟਲ ਕੇਸ 598 ਬੰਦੇ ਲਾਸਟ 24 ਘੰਟੇ ਦੇ ਵਿੱਚ ਵਧੇ ਨੇ 365 ਬੰਦੇ ਇੱਥੇ ਠੀਕ ਹੋਏ ਨੇ ਤੇ 854 ਬੰਦਿਆਂ ਦੀ ਮੌਤ ਹੋ ਚੁੱਕੀ ਹੈ ਜੋ ਕਿ ਮਰਨ ਵਾਲੇ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਹੈ ਠੀਕ ਹੋਣ ਵਾਲਿਆਂ ਨਾਲੋਂ ਤਕਰੀਬਨ 2.5 ਗੁਣਾ ਜ਼ਿਆਦਾ ਜੀ ਵਾਹ ਕਰੋ ਵੈਨੇਟੋ ਦੇਖਿਏ ਜੀ ਵੈਨੇਟੋ ਦੇ ਵਿੱਚ ਟੋਟਲ ਕੇਸ 9155 431 ਲਾਸਟਲੇ 24 ਘੰਟਿਆਂ ਦੇ ਵਿੱਚ ਆਏ ਨੇ 828 ਬੰਦੇ ਠੀਕ ਹੋ ਚੁੱਕੇ ਨੇ 477 ਬੰਦਾ 477 ਬੰਦੀਆਂ ਦੀ ਮੌਤ ਹੋ ਚੁੱਕੀ ਹੈ ਜੀ ਟਸਕਾਨਾ ਦੇ ਵਿੱਚ 4608 ਟੋਟਲ ਕੇਸ 196 ਲਾਸਟਲੇ 24 ਘੰਟਿਆਂ ਦੇ ਵਿੱਚ 128 ਬੰਦੇ ਸੌਰੀ 138 ਬੰਦੇ ਅਜੇ ਤੱਕ ਠੀਕ ਹੋ ਚੁੱਕੇ ਨੇ 243 ਬੰਦੀਆਂ ਦੀ ਮੌਤ ਹੋ ਚੁੱਕੀ ਹੈ ਜੀ ਮਾਰਕੇ ਦੇ ਵਿੱਚ ਦੇਖੀਏ ਜੀ ਮਾਰਕੇ ਦੇ ਵਿੱਚ ਵਾਹਿਗੁਰੂ ਮਾਰਕੇ ਦੇ ਵਿੱਚ 3825 ਟੋਟਲ ਕੇਸ ਲਾਸਟਲੇ 24 ਘੰਟਿਆਂ ਦੇ ਵਿੱਚ 141 21 ਬੰਦੇ ਠੀਕ ਹੋਏ ਨੇ 452 ਬੰਦਿਆਂ ਦੀ ਮੌਤ ਹੋ ਚੁੱਕੀ ਹੈ ਜੀ ਲਿਗੂਰੀਆ ਦੇਖਦੇ ਹਾਂ ਜੀ ਲਿਗੂਰੀਆ ਦੇ ਵਿੱਚ ਟੋਟਲ ਜਿਹੜੇ ਕੇਸ ਨੇ 3416 ਲਾਸਟਲੇ 24 ਘੰਟਿਆਂ ਦੇ ਵਿੱਚ 199 ਬੰਦੇ ਐਕਸਟਰਾ ਵਧੇ ਨੇ 480 ਬੰਦੇ ਠੀਕ ਹੋਏ ਨੇ ਤੇ 488 ਬੰਦਿਆਂ ਦੀ ਮੌਤ ਹੋਈ ਹੈ ਜੀ ਬੋਲਸਾਨੋ ਦਾ ਜਿਹੜਾ ਏਰੀਆ ਜੀ ਬੋਲਸਾਨੋ ਆਪਣਾ ਤਰਿੰਤੂ 3117 ਟੋਟਲ ਕੇਸ ਲਾਸਟਲੇ 24 ਘੰਟਿਆਂ ਦੇ ਵਿੱਚ 110 ਕੇਸ ਵਧਿਆ ਜੀ 346 ਬੰਦੀਆਂ ਦੀ ਉੱਤੇ ਠੀਕ ਹੋ ਗਏ ਨੇ 346 ਬੰਦੇ ਤੇ 240 ਬੰਦੇ ਉੱਥੇ ਮਰ ਗਏ ਨੇ ਲਾਚਿਓ ਦੇਖਿਓ ਜੀ ਲਾਚਿਓ ਦੇ ਵਿੱਚ ਟੋਟਲ ਜਿਹੜੇ ਕੇਸ ਨੇ 3095 ਕੇਸ ਨੇ 181 ਕੇਸ ਲਾਸਟਲੇ 24 ਘੰਟਿਆਂ ਦੇ ਵਿੱਚ ਵਧਿਆ ਜੀ 291 ਬੰਦੇ ਠੀਕ ਹੋਏ ਨੇ ਤੇ 162 ਬੰਦੀ ਦੀ ਲਾਚੀਓ ਏਰੀਆ ਦੇ ਵਿੱਚ ਮੌਤ ਹੋ ਚੁੱਕੀ ਹੈ ਜੀ ਕੰਪਨੀਆਂ ਦੇਖੀਏ ਜੀ ਕੰਪਨੀਆਂ ਦੇ ਵਿੱਚ ਜਿਹੜੀ ਟੋਟਲ ਕੇਸ ਨੇ 2092 ਲਾਸਟਲੀ 24 ਘੰਟਿਆਂ ਦੇ ਵਿੱਚ 140 ਕੇਸ ਆਇਆ ਜੀ ਸਾਹਮਣੇ 88 ਬੰਦੇ ਹੁਣ ਤੱਕ ਠੀਕ ਹੋ ਚੁੱਕੇ ਨੇ ਅਤੇ 133 ਬੰਦਿਆਂ ਦੀ ਮੌਤ ਹੋ ਚੁੱਕੀ ਹੈ ਜੀ ਪੂਲੀਆ ਦੇਖਦੇ ਹਾਂ ਜੀ ਪੂਲੀਆ ਪੂਲੀਆ ਦੇ ਵਿੱਚ 1803 ਕੇਸ 91 ਲਾਸਟਲੀ 24 ਘੰਟਿਆਂ ਦੇ ਵਿੱਚ ਬਦੇ ਨੇ 39 39 ਬੰਦੇ 39 ਬੰਦੇ ਠੀਕ ਹੋਏ ਨੇ 110 ਬੰਦੇ ਮਰ ਗਏ ਨੇ ਸਿਜਲੀਆ ਦੇ ਵਿੱਚ 1647 ਕੇਸ ਟੋਟਲ ਨੇ ਜੀ 92 ਕੇਸ ਲਾਸਟਲੇ 24 ਘੰਟਿਆਂ ਦੇ ਵਿੱਚ ਆਏ ਨੇ ਤੇ 74 ਬੰਦੇ ਠੀਕ ਹੋਏ ਨੇ 81 ਬੰਦੇ ਉੱਤੇ ਮਰ ਗਏ ਨੇ ਫਰੋਲੀ ਵਿਨੇਸਾ ਗੋਲ ਜੂਲੀਆ ਦੇ ਵਿੱਚ ਜੇ ਦੇਖੀ ਤਾਂ 1593 ਟੋਟਲ ਕੇਸ ਲਾਸਟਲੇ 24 ਘੰਟਿਆਂ ਦੇ ਵਿੱਚ 99 ਤੇ 320 ਬੰਦਾ ਉੱਥੇ ਠੀਕ ਹੋਇਆ 113 ਬੰਦੇ ਦੀ ਮੌਤ ਹੋ ਚੁੱਕੀ ਹੈ ਅਬਰੂਤੋ ਦੇਖੀ ਤਾਂ ਵਾਹਿਗੁਰੂ ਜੀ ਅਬੂਸੋ ਦੇ ਵਿੱਚ 1401 ਟੋਟਲ ਕੇਸ ਹੈ ਜੀ 56 ਲਾਸਟਲੇ 24 ਘੰਟਿਆਂ ਦੇ ਵਿੱਚ 95 ਬੰਦੇ ਠੀਕ ਹੋਏ ਨੇ ਤੇ 115 ਬੰਦਿਆਂ ਦੀ ਮੌਤ ਹੋ ਚੁੱਕੀ ਹੈ ਉੰਬਰੀਆ ਦੇਖੀ ਤਾਂ ਉੰਬਰੀਆ ਦੇ ਵਿੱਚ 1078 ਟੋਟਲ ਕੇਸ ਲਾਸਟਲੇ 24 ਘੰਟਿਆਂ ਦੇ ਵਿੱਚ 27 ਕੇਸ 190 ਬੰਦਾ ਹੁਣ ਤੱਕ ਠੀਕ ਹੋ ਚੁੱਕਿਆ ਤੇ 37 ਬੰਦਿਆਂ ਦੀ ਮੌਤ ਹੋ ਚੁੱਕੀ ਹੈ ਸਰਦੀਨੀਆ ਦੇ ਵਿੱਚ 722 ਟੋਟਲ ਕੇਸ ਨੇ 40 ਬੰਦੇ ਲਾਸਟਲੇ 24 ਘੰਟਿਆਂ ਦੇ ਵਿੱਚ ਮਰੇ ਨੇ 34 ਬੰਦੇ ਠੀਕ ਹੋ ਚੁੱਕੇ ਨੇ ਤੇ 31 ਬੰਦਿਆਂ ਦੀ ਮੌਤ ਹੋ ਚੁੱਕੀ ਹੈ ਜੀ। ਕਲਾਬਰੀਆ ਦੇਖਦੇ ਹਾਂ ਜੀ ਕਲਾਬ ਜੇ ਦੇ ਵਿੱਚ 659 ਬੰਦੇ ਟੋਟਲ ਨੇ 12 ਬੰਦੇ ਲਾਸਟਲੇ 24 ਘੰਟਿਆਂ ਦੇ ਵਿੱਚ 17 ਬੰਦੇ ਠੀਕ ਹੋ ਚੁੱਕੇ ਨੇ ਤੇ 36 ਬੰਦਿਆਂ ਦੀ ਮੌਤ ਹੋ ਚੁੱਕੀ ਹੈ ਜੀ। ਵਾਲੇ ਦੌਸਤਾ ਦੇਖੀ ਤਾਂ 628 ਕੇਸ ਨੇ 46 ਲਾਸਟਲੇ 24 ਘੰਟਿਆਂ ਦੇ ਵਿੱਚ 20 ਬੰਦੇ ਠੀਕ ਹੋ ਗਏ ਨੇ 56 ਬੰਦੇ ਦੀ ਮੌਤ ਹੋ ਚੁੱਕੀ ਹੈ ਜੀ। ਬਜਲੀ ਕਾਤਾ ਦੇ ਵਿੱਚ ਟੋਟਲ 226 12 ਲਾਸਟਲੇ 24 ਘੰਟਿਆਂ ਦੇ ਵਿੱਚ ਤਿੰਨ ਬੰਦੇ ਠੀਕ ਹੋਏ ਨੇ ਠੀਕ ਹੋਏ ਨੇ ਤੇ ਸੱਤ ਬੰਦਿਆਂ ਦੀ ਮੌਤ ਹੋ ਚੁੱਕੀ ਹੈ ਜੀ ਮੌਲੀ ਜੀ ਦੇਖੀ ਤਾਂ 144 ਟੋਟਲ ਕੇਸ ਨੇ ਲਾਸਟਲੀ 24 ਘੰਟਿਆਂ ਦੇ ਵਿੱਚ 10 ਕੇਸ ਆਏ ਨੇ ਤੇ 18 ਬੰਦੇ ਠੀਕ ਹੋ ਚੁੱਕੇ ਨੇ ਤੇ 9 ਦੀ ਮੌਤ ਹੋ ਚੁੱਕੀ ਹੈ ਜੀ ਲੂੰਬਰਦੀਏ ਦੇ ਜ਼ਿਲ੍ਹਿਆਂ ਉੱਤੇ ਨਜ਼ਰ ਮਾਰਦੀ ਜੀ ਲੂੰਬਰਦੀਏ ਦੇ ਵਿੱਚ ਟੋਟਲ ਜਿਹੜੇ ਕੇਸ ਆ ਉਹਨਾਂ ਦੀ ਗਿਣਤੀ ਹੈ ਜੀ 43208 ਲਾਸਟਲੀ 24 ਘੰਟਿਆਂ ਦੇ ਵਿੱਚ 1047 ਬੰਦੇ ਐਕਸਟਰਾ ਵਧੇ ਨੇ ਵਾਹ ਗੁਰੂ ਜੀ ਮਿਲਾਨ ਦੇ ਵਿੱਚ 8911 ਕੇਸ ਹੋ ਚੁੱਕੇ ਲਾਸਟਲੀ 24 ਘੰਟਿਆਂ ਦੇ ਵਿੱਚ 235 ਕੇਸ ਜਾਰਾਬਦੇ ਨੇ ਮਿਲਾਨ ਲੋਮਬਰਦੀਆ ਦੇ ਵਿੱਚ ਸਭ ਤੋਂ ਜ਼ਿਆਦਾ ਕੇਸਾਂ ਵਾਲਾ ਜ਼ਿਲ੍ਹਾ ਬਣ ਗਿਆ ਜੀ ਬੈਰਗਮੁੰਦੇ ਵਿੱਚ 8803 ਕੇਸ ਨੇ ਲਾਸਟਲੀ 24 ਘੰਟਿਆਂ ਦੇ ਵਿੱਚ 139 ਕੇਸ ਸਾਹਮਣੇ ਆ ਬਰੀਸ਼ੇ ਦੇ ਵਿੱਚ 8367 ਕੇਸ ਲਾਸਟਲੀ 24 ਘੰਟਿਆਂ ਦੇ ਵਿੱਚ 154 ਕੇਸ ਸਾਹਮਣੇ ਆਏ ਨੇ ਜੀ ਵਾਹ ਗੁਰੂ ਜੀ ਕਰਮੂਨਾਂ ਦੇ ਵਿੱਚ 3869 ਕੇਸ ਨੇ ਤੇ ਲਾਸਟਲੇ 24 ਘੰਟਿਆਂ ਦੇ ਵਿੱਚ 81 ਕੇਸ ਆਏ ਨੇ ਮੋਂਜ਼ਾ ਇਦੇ ਲਾਬਰੀਆਂਜ਼ਾ ਦੇ ਵਿੱਚ ਅ ਟੋਟਲ ਕੇਸ 2462 ਨੇ ਲਾਸਟਲੇ 24 ਘੰਟਿਆਂ ਦੇ ਵਿੱਚ 100 ਕੇਸ ਆਏ ਲੋਦੀ ਦੇ ਵਿੱਚ 2100 2116 ਕੇਸ ਨੇ ਲਾਸਟਲੇ ਵਾਹਗੁਰੂ ਲਾਸਟਲੇ 24 ਘੰਟਿਆਂ ਦੇ ਵਿੱਚ 29 ਕੇਸ ਸਾਹਮਣੇ ਆਏ ਨੇ ਜੀ ਪਵੀਆਂ ਦੇ ਵਿੱਚ 22133 ਟੋਟਲ ਕੇਸ ਨੇ ਲਾਸਟਲੇ 24 ਘੰਟਿਆਂ ਦੇ ਵਿੱਚ 97 ਕੇਸ ਸਾਹਮਣੇ ਆਏ ਨੇ ਮਾਨਤੂਬਾ ਦੇ ਵਿੱਚ 1688 ਲਾਸਟਲੇ 24 ਘੰਟਿਆਂ ਦੇ ਵਿੱਚ 71 ਕੇਸ ਐਕਸਟਰਾ ਆਏ ਨੇ ਲਿਕੂ ਦੇ ਵਿੱਚ ਦਿਖੀਤਾ 1470 ਕੇਸ ਨੇ ਲਾਸਟਲੇ 24 ਘੰਟਿਆਂ ਦੇ ਵਿੱਚ 33 ਕੋਮੋਦ ਦੇ ਵਿੱਚ 1101 ਲਾਸਟਲੇ 24 ਘੰਟਿਆਂ ਦੇ ਵਿੱਚ 40 ਕੇਸ ਵਰੀਜ਼ ਵਿੱਚ 893 ਕੇਸ ਲਾਸਟਲੇ 24 ਘੰਟਿਆਂ ਦੇ ਵਿੱਚ 27 ਤੇ ਸ਼ੌਨਰੀ ਦੇ ਵਿੱਚ 470 ਕੇਸ ਜੀ ਲਾਸਟਲੇ 24 ਘੰਟਿਆਂ ਦੇ ਵਿੱਚ 24 ਕੇਸ ਐਕਸਟਰਾ ਤੇ 925 ਬੰਦੀਆਂ ਦੀ ਜਾਂਚ ਪੜਤਾਲ ਹੋ ਰਹੀ ਹੈ ਜੀ ਉਹ ਕਿਸ ਏਰੀਆ ਨੂੰ ਬਿਲੋਂਗ ਕਰਦੇ ਨੇ ਹੁਣ ਦੇਖਦੇ ਹਾਂ ਜੀ ਉਹਨਾਂ ਏਰੀਆ ਬਾਰੇ ਜਿਨ੍ਹਾਂ ਦੇ ਬਾਰੇ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੇਖਿਆ ਸੀ ਸਭ ਤੋਂ ਪਹਿਲਾਂ ਬੀਨਿਤੋਂ ਦੇਖਦੇ ਹਾਂ ਜੀ ਬੀਨਿਤੋਂ ਦੇ ਵਿੱਚ ਬਾਦ ਤੋਂ ਬਾਦ ਬੀਨਿਤੋਂ ਟੋਟਲ ਕੇਸ 9155 ਲਾਸਟਲੇ 24 ਘੰਟਿਆਂ ਦੇ ਵਿੱਚ 431 ਕੇਸ ਐਕਸਟਰਾ ਆਏ ਨੇ ਵਾਈ ਗੁਰੂ ਜੀ ਆ ਪਾਦੋਵਾ ਦੇ ਵਿੱਚ 2264 ਕੇਸ ਲਾਸਟ 24 ਘੰਟਿਆਂ ਦੇ ਵਿੱਚ 76 ਕੇਸ ਵੇਰੂਨਾ 2112 ਲਾਸਟ 24 ਘੰਟਿਆਂ ਦੇ ਵਿੱਚ 130 ਤ੍ਰਿਵੀਜ਼ੋ 1522 ਲਾਸਟ 24 ਘੰਟਿਆਂ ਦੇ ਵਿੱਚ 73 ਕੇਸ ਵਿਚੇਨza 1242 ਲਾਸਟ 24 ਘੰਟਿਆਂ ਦੇ ਵਿੱਚ 74 ਕੇਸ ਵੇਨੇਟਿਆ 1070 ਲਾਸਟ 24 ਘੰਟਿਆਂ ਦੇ ਵਿੱਚ 63 ਕੇਸ ਬਿਲੂਨੋ 430 ਲਾਸਟ 24 ਘੰਟਿਆਂ ਦੇ ਵਿੱਚ 7 ਰੋਵਿਕੋ ਦੇ ਵਿੱਚ 136 ਲਾਸਟਲੀ 24 ਘੰਟਿਆਂ ਦੇ ਵਿੱਚ 5 ਤੇ 279 ਬੰਦੇ ਲਾਸਟ ਦੇਖ ਜਾਂਚ ਬਰਤਾਲ ਚੱਲ ਰਹੀ ਹੈ ਉਹ ਕਿਸ ਏਰੀਆ ਨੂੰ ਬਿਲੋਂਗ ਕਰਦੇ ਨੇ ਬਜਲੀ ਕਾਤਾ ਦਾ ਏਰੀਆ ਦੇਖਦੇ ਹਾਂ ਜੀ ਇਹਦੇ ਵਿੱਚ ਟੋਟਲ ਕੇਸ 226 ਲਾਸਟਲੀ 24 ਘੰਟਿਆਂ ਦੇ ਵਿੱਚ 12 ਕੇਸ ਆਏ ਨੇ ਪੁਤੈਂਸਾ ਦੇ ਵਿੱਚ 122 ਕੇਸ ਲਾਸਟਲੀ 24 ਘੰਟਿਆਂ ਦੇ ਵਿੱਚ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਮਾਟਰਾ ਦੇ ਵਿੱਚ 104 ਕੇਸ ਨੇ ਜੀ ਲਾਸਟਲੀ 24 ਘੰਟੇ ਦੇ ਵਿੱਚ 12 ਕੇਸ ਸਾਹਮਣੇ ਆਏ ਨੇ ਕਲਾਬਦੀਆ ਵਾਰੇ ਦੇਖਦੇ ਹਾਂ ਜੀ ਟੋਟਲ 659 ਕੇਸ 12 ਕੇਸ ਐਕਸਟਰਾ ਲਾਸਟਲੀ 24 ਘੰਟਿਆਂ ਦੇ ਵਿੱਚ ਰਿਜੂ ਕਲਾਬਦੀਆ ਦਾ 195 ਕੇਸ ਲਾਸਟਲੀ 24 ਘੰਟਿਆਂ ਦੇ ਵਿੱਚ ਪੰਜ ਕੇਸ ਆਏ ਨੇ ਕੋਜ਼ੈਂਸਾ ਦੇ ਵਿੱਚ 186 ਲਾਸਟਲੀ 24 ਘੰਟੇ ਦੇ ਵਿੱਚ ਦੋ ਕੇਸ ਕਤਨ ਜ਼ਾਰੋ ਵਿੱਚ 139 ਤੇ ਲਾਸਟਲੀ 24 ਘੰਟੇ ਵਿੱਚ ਪੰਜ ਕਰੋਤੋਨੇ ਦੇ ਵਿੱਚ 93 ਤੇ ਵੀਵੋ ਵਾਲੈਂਟੀਆ ਦੇ ਵਿੱਚ 44 ਤੇ ਦੋ ਦੀ ਜਾਂਚ ਪੜਤਾਲ ਹੋ ਰਹੀ ਹੈ ਇਹਨਾਂ ਦੇ ਵਿੱਚ ਕੋਈ ਐਕਸਟਰਾ ਕੇਸ ਸਾਹਮਣੇ ਨਹੀਂ ਆਇਆ ਹੁਣ ਗੱਲ ਕਰਦੇ ਹਾਂ ਜੀ ਕੰਪਾਨੀ ਇਹਦੀ ਕੰਪਨੀ ਦੇ ਵਿੱਚ ਟੋਟਲ ਜਿਹੜੇ ਕੇਸ ਨੇ 2092 ਲਾਸਟਲੇ 24 ਘੰਟੇ ਦੇ ਵਿੱਚ 124 ਕੇਸ ਮਦਨ 140 ਕੇਸ ਬਦਲੇ ਨਾਪोली ਦੇ ਵਿੱਚ ਟੋਟਲ 1053 ਕੇਸ ਨੇ 62 ਬੰਦੇ 24 ਘੰਟੇ ਦੇ ਵਿੱਚ ਬਦਲਿਆ ਜੀ ਸਲੇਰਨੋ ਦੇ ਵਿੱਚ 341 ਲਾਸਟ 24 ਘੰਟਿਆਂ ਵਿੱਚ 3 ਅਵੇਲੀਨੋ ਵਿੱਚ 226 ਲਾਸਟ 24 ਘੰਟੇ ਵਿੱਚ 6 ਕਜ਼ੈਰਤਾ ਵਿੱਚ 221 ਲਾਸਟ 24 ਘੰਟੇ ਵਿੱਚ 15 ਵੇਨੇਵੈਂਟੋ ਵਿੱਚ 76 ਲਾਸਟ 24 ਘੰਟਿਆਂ ਦੇ ਵਿੱਚ 6 175 ਬੰਦਿਆਂ ਦੀ ਜਾਂਚ ਚੱਲ ਰਹੀ ਹੈ ਜੀ ਉਹ ਕਿਸ ਏਰੀਆ ਨੂੰ ਬਿਲੋਂਗ ਕਰਦੇ ਨੇ ਹੁਣ ਦੇਖਦੇ ਹਾਂ ਜੀ ਜਿਹੜਾ ਇਹ ਜਿਹੋਨੇ ਫਰੁਇਲੀ ਬਨੇਸ ਜੁਲੀਆ ਦੇ ਵਿੱਚ ਸਾਨੂੰ ਉਦੀਨੇ ਬਾਰੇ ਵੀ ਪੁੱਛਿਆ ਗਿਆ ਸੀ ਟੋਟਲ ਕੇਸ 1593 ਲਾਸਟ 24 ਘੰਟਿਆਂ ਦੇ ਵਿੱਚ 92 ਉਦੀਨੇ ਦੇ ਵਿੱਚ ਟੋਟਲ 536 ਕੇਸ ਲਾਸਟ 24 ਘੰਟਿਆਂ ਦੇ ਵਿੱਚ 12 ਤੇ ਰਿਆਸਤੇ ਦੇ ਵਿੱਚ 545 ਕੇਸ ਲਾਸਟ 24 ਘੰਟਿਆਂ ਦੇ ਵਿੱਚ 51 ਬੋਰਦੇ ਨੋਨੇ ਦੇ ਵਿੱਚ 405 ਲਾਸਟ 24 ਘੰਟਿਆਂ ਦੇ ਵਿੱਚ 22 ਗੁਰਿਤਸ ਗੁਰਿਤਸ ਦੇ ਵਿੱਚ 98 ਲਾਸਟ 24 ਘੰਟਿਆਂ ਵਿੱਚ 7 ਨੌ ਬੰਦੀਆਂ ਦੀ ਜਾਨ ਚਲ ਰਹੀ ਹੈ ਜੀ ਉਹ ਕਿਸ ਇਦੀ ਨੂੰ ਬਿਲੋਂਗ ਕਰਦੇ ਨੇ ਤੁਸਕਾਨਾ ਦਾ ਏਰੀਆ ਦੇਖਦੇ ਜੀ ਤੁਸਕਾਨਾ ਦੇ ਵਿੱਚ 4608 ਟੋਟਲ ਕੇਸ ਨੇ 196 ਕੇਸ ਲਾਸਟਲੀ 24 ਘੰਟੇ ਦੇ ਵਿੱਚ ਆ ਜੀ ਫਿਰੈਂਸੀ ਦੇ ਵਿੱਚ 1087 ਕੇਸ ਲਾਸਟਲੀ 24 ਘੰਟੇ ਦੇ ਵਿੱਚ ਪੈਲ ਲੁਕਾ 729 ਲਾਸਟ 24 ਘੰਟੇ ਵਿੱਚ 18 ਮਾਸਾ ਕਾਰਾਰਾ 562 ਲਾਸਟ 24 ਘੰਟੇ ਦੇ ਵਿੱਚ 18 ਪੀਜ਼ਾ 477 ਲਾਸਟ 24 ਘੰਟੇ ਵਿੱਚ 25 ਪਿਸਟੋਇਆ 332 ਲਾਸਟ 24 ਘੰਟਿਆਂ ਦੇ ਵਿੱਚ 8 ਅਰੇਤੋ ਦੇ ਵਿੱਚ 332 ਲਾਸਟ 24 ਘੰਟਿਆਂ ਵਿੱਚ 22 ਸੀਨੇ ਦੇ ਵਿੱਚ 301 ਲਾਸਟ 24 ਘੰਟਿਆਂ ਵਿੱਚ 15 ਲਿਵੋਰਨੋ 280 ਲਾਸਟ 24 ਘੰਟਿਆਂ 'ਚ 9 ਗੁਰੂਸ਼ੈਤੋ 257 ਲਾਸਟ 24 ਘੰਟਿਆਂ ਦੇ ਵਿੱਚ 6 ਪ੍ਰਾਟੋ 258 ਲਾਸਟ 24 ਘੰਟਿਆਂ ਵਿੱਚ 10 ਉਮਰੀਏ ਬਾਰੇ ਵੀ ਸਾਨੂੰ ਕਿਹਾ ਸੀ ਕਿ ਅਸੀਂ ਦਸੀ ਹਾਂ ਉਮਰੀਏ ਦੇ ਵਿੱਚ ਟੋਟਲ ਕੇਸ 1078 ਨੇ ਲਾਸਟਲੀ 24 ਘੰਟਿਆਂ ਦੇ ਵਿੱਚ ਤਾਈ ਕੇਸ ਵਧੇ ਨੇ ਜੀ ਪੇਰੂਜਾ 813 21 ਕੇਸ ਜ਼ਿਆਦਾ ਵਧੇ ਨੇ ਤੈਰਨੀ ਦੇ ਵਿੱਚ 230 ਲਾਸਟ 24 ਘੰਟਿਆਂ ਦੇ ਵਿੱਚ 4 ਕੇਸ 35 ਬੰਦਿਆਂ ਦੀ ਜਾਂਚ ਪੜਤਾਲ ਹੋ ਰਹੀ ਹੈ ਜੀ ਉਹ ਕਿਸ ਏਰੀਆ ਤੋਂ ਪੀਮੋਂਤੇ ਦਾ ਏਰੀਆ ਦੇਖੀ ਜੀ ਟੋਟਲ ਕੇਸ 9301 ਲਾਸਟ 24 ਘੰਟਿਆਂ ਦੇ ਵਿੱਚ 598 ਕੇਸ ਵਾਹਗੁਰੂ ਤੋਰੀਨ ਦੇ ਵਿੱਚ 4455 ਕੇਸ ਲਾਸਟ 24 ਘੰਟਿਆਂ ਦੇ ਵਿੱਚ 305 ਅਲੈਸੈਂਡਰੀਆ 1317 ਲਾਸਟ 24 ਘੰਟਿਆਂ ਦੇ ਵਿੱਚ 37 ਨਵਾਰਨ 797 ਲਾਸਟ 24 ਘੰਟਿਆਂ ਵਿੱਚ 24 ਕੂਨੀਆ ਦੇ ਵਿੱਚ 731 ਤੇ ਲਾਸਟ 24 ਘੰਟਿਆਂ ਦੇ ਵਿੱਚ 81 ਵਿਏਲਾ ਦੇ ਵਿੱਚ 490 ਲਾਸਟ 24 ਘੰਟਿਆਂ ਦੇ ਵਿੱਚ 19 ਵਰਚੈਲੀ ਦੇ ਵਿੱਚ 473 ਲਾਸਟ 24 ਘੰਟਿਆਂ ਵਿੱਚ 22 ਆਸਤੀ ਦੇ ਵਿੱਚ 434 ਲਾਸਟ 24 ਘੰਟਿਆਂ ਵਿੱਚ 32 ਵੇਰਵਾਨੋ ਕੋਜੋ ਔਸੋਲਾ 393 ਲਾਸਟ 24 ਘੰਟਿਆਂ ਦੇ ਵਿੱਚ 17 211 ਬੰਦੇ ਦੀ ਜਾਨ ਚਲ ਰਹੀ ਹੈ ਜੀ ਉਹ ਕਿਸ ਏਰੀਆ ਤੋਂ ਨੇ ਲਾਚੂ ਦਾ ਏਰੀਆ ਦੇਖਦੇ ਹਾਂ ਜੀ ਲਾਚੂ ਦੇ ਵਿੱਚ ਟੋਟਲ ਟੋਟਲ ਕੇਸ 3095 ਲਾਸਟਲੇ 24 ਘੰਟਿਆਂ ਦੇ ਵਿੱਚ 181 ਬੰਦੇ ਨਵੇਂ ਆਏ ਨੇ ਰੋਮਾਂ ਦੇ ਵਿੱਚ ਗਿਣਤੀ 2186 ਹਾਂ ਜੀ ਰੋਮਾਂ ਦੇ ਵਿੱਚ ਗਿਣਤੀ 2186 118 ਕੇਸ ਨਵੇਂ ਫਿਰੋਜ਼ੀ ਨੋਨੇ ਦੇ ਵਿੱਚ 300 321 ਟੋਟਲ ਕੇਸ 31 ਬੰਦੇ ਨਵੇਂ ਆਏ ਨੇ ਲਤੀਨਾ ਦੇ ਵਿੱਚ 257 ਬੰਦੇ ਐਕਸਟਰਾ ਸੌਰੀ ਟੋਟਲ 257 ਤੇ ਤਿੰਨ ਬੰਦੇ ਲਾਸਟਲੇ 24 ਘੰਟੇ ਦੇ ਵਿੱਚ ਬੀ ਤੈਰੋ ਦੇ ਵਿੱਚ 181 ਬੰਦੇ ਨੇ ਲਾਸਟ 24 ਘੰਟੇ ਦੇ ਵਿੱਚ ਕੋਈ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ ਰੇਤੀ ਦੇ ਵਿੱਚ 132 ਕੇਸ ਨੇ ਤੇ ਲਾਸਟਲੇ 24 ਘੰਟੇ ਦੇ ਵਿੱਚ 27 ਕੇਸ ਸਾਹਮਣੇ ਆਏ ਨੇ 18 ਬੰਦਿਆਂ ਦੀ ਜਾਂਚ ਪੜਤਾਲ ਚੱਲ ਰਹੀ ਹੈ ਜਿਉ ਕੇਸ ਏਰੀ ਨੂੰ ਬਿਲੋਂਗ ਕਰਦੇ ਨੇ ਲਾਸਟ ਵੀ ਦੱਸ ਦਿਆਂ ਜੀ ਵੈਨੀਤੋ ਦੇ ਬਾਰੇ ਕੁਝ ਨਾ ਥੋੜੀ ਜਿਹੀ ਡਿਟੇਲ ਵੈਨੀਤੋ ਦੇ ਵਿੱਚ ਲਾਸਟ 24 ਘੰਟਿਆਂ ਦੇ ਵਿੱਚ 81 ਬੰਦੇ ਠੀਕ ਹੋ ਗਏ ਜੀ ਟੋਟਲ ਗਿਣਤੀ 828 ਠੀਕ ਹੋਣ ਦੀ 239 ਬੰਦਾ ਘਰ ਦੇ ਵਿੱਚ ਇਜ਼ੋਲੇਟ ਹਾਊਸ ਇਜ਼ੋਲੇਟ ਹੋ ਕੀਤਾ ਗਿਆ ਜੀ ਨਜ਼ਰਬੰਦ ਕੀਤੇ ਗਏ ਜਿਨ੍ਹਾਂ ਨੂੰ 5814 5814 ਬੰਦੇ ਟੋਟਲ ਵੈਨੀਤੋ ਦੇ ਵਿੱਚ ਨਜ਼ਰਬੰਦ ਨੇ ਜਿਹੜੇ ਬੰਦੇ ਹਸਪੀਟਲਾਂ ਦੇ ਵਿੱਚ ਕਿਸੇ ਨਾ ਕਿਸੇ ਸਿੰਪਟਮ ਨਾਲ ਦਾਖਲ ਨੇ ਉਹਨਾਂ ਦੀ ਗਿਣਤੀ ਹੈ ਜੀ 1680 ਕੱਲ ਦੇ ਨਾਲੋਂ 47 ਬੰਦੇ ਐਕਸਟਰਾ ਨੇ ਤੇ ਟੋਟਲ ਜਿਹੜੇ ਸੀਰੀਅਸ ਕੰਡੀਸ਼ਨਾਂ ਦੇ ਵਿੱਚ ਨੇ 356 ਬੰਦੇ ਤੇ ਸੀਰੀਅਸ ਕੰਡੀਸ਼ਨਾਂ ਚ ਕੋਈ ਬੰਦਾ ਬੀਨੇਤੋ ਦੇ ਵਿੱਚ ਨਹੀਂ ਗਿਆ 64 ਬੰਦਿਆਂ ਦੀ ਮੌਤ ਹੋਈ ਹੈ ਜੀ ਲਾਸਟ 24 ਘੰਟਿਆਂ ਦੇ ਵਿੱਚ ਬੀਨੇਤੋ ਦੇ ਇਰੀਦੇ ਅਤੇ ਟੋਟਲ ਜਿਹੜੀ ਗਿਣਤੀ ਹੈ 470 ਹੋ ਚੁੱਕੀ ਹੈ ਏਸੀ ਸਾਡੀਆਂ ਅੱਜ ਦੀਆਂ ਖਬਰਾਂ ਇਹਦੇ ਨਾਲ ਅਸੀਂ ਕੋਸ਼ਿਸ਼ ਕੀਤੀ ਹੈ ਜੀ ਜਿੰਨੇ ਸਾਨੂੰ ਵਾਹਿਗੁਰੂ ਜਿੰਨਾ ਸਾਨੂੰ ਕਮੈਂਟ ਦੇ ਵਿੱਚ ਪੁੱਛਿਆ ਗਿਆ ਕਿਹੜੇ ਕਿਹੜੇ ਈਰੀ ਵਾਲੇ ਫੁੱਲ ਡਿਟੇਲ ਤੋਂ ਅਸੀਂ ਕੋਸ਼ਿਸ਼ ਕੀਤੀ ਤੁਹਾਨੂੰ ਡਿਟੇਲ ਦੇ ਦਿੰਦੀ। ਅ ਬਾਕੀ ਜਿਹੜੀ ਲਿਸਟ ਆ ਜੀ ਸਾਡੀ ਵੈਬਸਾਈਟ ite-punjabi.com ਉੱਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਆ ਬਰੇਸ਼ਾ ਕਰਮੋਨਾ ਮਾਂਤੋਵਾ ਵਿਚੈਂਸਾ ਵੈਰੋਨਾ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਜਿੰਨਾ ਜਿੰਨਾ ਛੇਤੀ ਸਾਨੂੰ ਡਾਟਾ ਮਿਲਿਆ ਅਸੀਂ ਉਹਨੂੰ ਅਪਲੋਡ ਕਰਨ ਦੀ ਤੇ ਚਲੋ ਚੰਗਾ ਇਹ ਸੱਚੀ ਗੱਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਹਾਨੂੰ ਸਾਡੀਆਂ ਖਬਰਾਂ ਹਰ ਰੋਜ਼ ਹੀ ਤਰ੍ਹਾਂ ਅੱਜ ਵੀ ਵਧੀਆ ਲੱਗੀਆਂ ਹੋਣਗੀਆਂ। ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਜੀ ਤੇ ਲਾਈਕ ਸ਼ੇਅਰ ਜਰੂਰ ਕਰ ਲਓ ਹਾਂਜੀ ਕੋਰਗਾ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਤੁਹਾਡੇ ਤੱਕ ਪਹੁੰਚ ਸਕਣ ਹਰ ਰੋਜ਼ ਖਬਰਾਂ ਜੀ ਤੇ ਚਲੋ ਚੰਗਾ ਇਹ ਸੱਸੀ ਗੱਲ ਸਾਰਿਆਂ ਨੂੰ ਤੁਸੀਂ ਸੁਣ ਲਈ ਸੀ ਕੁਲਵੀਰ ਸਿੰਘ ਦੇ ਨਾਲ ਤੁਹਾਡਾ ਆਪਣਾ ਚੈਨਲ ਇੱਤਾ ਪੰਜਾਬੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ